ਫਾਈਨਲੀ ਦੋਸਤੋ ਪਹੁੰਚ ਚੁੱਕੇ ਹਾਂ ਅਯੋਧਿਆ ਕੈਂਟ ਦੇ ਵਿੱਚ। ਸੰਗਤ ਉਤਰ ਕੇ ਜਾ ਰਹੀ ਹੈ ਆਪਣੇ ਟੈਂਟ ਸਿਟੀਜ਼ ਵੱਲ। ਸੋ ਅੱਗੇ ਵੱਧਦੇ ਹਾਂ, ਦੇਖਦੇ ਹਾਂ ਕਿ ਅੱਗੇ ਦਾ ਕੀ ਪ੍ਰੋਗਰਾਮ ਆ। ਹੌਲੀ ਹੌਲੀ ਸੰਗਤ ਜਿਹੜੀ ਆ ਉਤਰ ਰਹੀ ਹੈ ਅਤੇ ਅਯੋਧਿਆ ਦੇ ਦਰਸ਼ਨਾਂ ਨੂੰ ਪਹੁੰਚਦੀ ਹੋਈ। ਨਜ਼ਾਰਾ ਬਹੁਤ ਹੀ ਵਧੀਆ ਹੈ, ਸੰਗਤ ਹੀ ਵੇਖੋ, ਸੰਗਤ ਬਹੁਤ ਜ਼ਿਆਦਾ ਹੈ ਇੱਧਰ ਸਾਡੇ ਰਈਆ ਵਾਲੇ। ਜੈ ਸ਼੍ਰੀ ਰਾਮ। ਹਰ ਹਰ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਵਾਪਸੀ ਤੇ ਮਿਲਦੇ ਆ, ਵੇਖ ਲਓ ਸਾਥ ਛੱਡ ਗਿਆ ਜੇ, ਕਿਉਂ ਦੇਖ ਸਕਦੇ ਹੋ ਉਹ ਪਰੇ ਤੱਕ ਰਸ਼ ਹੀ ਰਸ਼ ਆ ਤੇ ਸੰਗਤਾਂ ਦਾ ਹੜ ਵੇਖੋ, ਪਿੱਛੇ ਤੱਕ ਅਜੇ ਸੰਗਤ ਆ ਰਹੀ ਹੈ। ਇੰਨੀਆਂ ਟ੍ਰੇਨਾਂ ਜਿਹੜੀਆਂ, ਦੋ ਤਿੰਨ ਟ੍ਰੇਨਾਂ ਹੋਰ ਮਗਰ ਆ ਸ਼੍ਰੀ ਰਾਮ। ਜੈ ਸ਼੍ਰੀ ਰਾਮ, ਸ਼੍ਰੀ ਰਾਮ, ਜੈ ਸ਼੍ਰੀ ਰਾਮ। ਲਓ ਫਿਰ ਜਗਾਰਾ ਜ਼ੋਰ ਦੀ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਇੱਕ ਹੀ ਨਾਰਾ, ਇੱਕ ਹੀ ਨਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਇੱਕ ਹੀ ਨਾਰਾ, ਇੱਕ ਹੀ ਨਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਦੋਸਤੋ ਆ ਗਈਆਂ ਜੀ ਬੱਸਾਂ, ਬੱਸਾਂ ਹਾਂਜੀ, ਆਧਾਰ ਕਾਰਡ ਨਹੀਂ ਚੱਲਣੇ, ਠੀਕ ਹੈ ਜੀ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਦੋਸਤੋ ਬੱਸਾਂ ਜਿਹੜੀਆਂ ਪਿੱਕ ਕਰਨ ਆਈਆਂ ਜੀ, ਇਹ ਵੇਖੋ ਜੀ ਇਹਦੇ ਨਾਲ ਦੀਆਂ ਬੱਸਾਂ ਜਿਹੜੀਆਂ, ਇਹ ਬੱਸਾਂ ਦੇ ਵਿੱਚ ਚੜ੍ਹ ਕੇ ਹੁਣ ਜਾਇਆ ਜਾ ਰਿਹਾ ਟੈਂਟ ਸਿਟੀ ਵੱਲ। ਤੇਰੇ ਘਰ ਕੇ ਰੱਛੇ ਤੇ ਬੱਸਾਂ ਦੇ ਘੇਰੇ, ਤੇਰੇ ਘਰ ਕੇ ਘੜੀਆਂ ਨਸੀਬਾਂ ਵਾਲੀਆਂ। ਜੋਗੀ ਨੂੰ ਲੈ ਆਉਣਾ ਮੇਰੇ ਰਾਮ।
ਇਸ ਬੱਸ ਦੇ ਵਿੱਚ ਰਿਸੀਵ ਕਰਕੇ ਸਾਰੀ ਸੰਗਤ ਨੂੰ ਲਿਆਂਦਾ ਗਿਆ ਅਤੇ ਇਸ ਬੱਸ ਦੇ ਵਿੱਚ ਪਿੱਕ ਕਰਕੇ ਸੰਗਤ ਨੂੰ ਟੈਂਟ ਸਿਟੀ ਦੇ ਵਿੱਚ ਲਿਆਂਦਾ ਗਿਆ। ਬਹੁਤ ਸਾਰੀਆਂ ਬੱਸਾਂ ਦੀ ਫੈਸਿਲਿਟੀ ਜਿਹੜੀ ਦਿੱਤੀ ਹੋਈ ਹੈ ਗੌਰਮੈਂਟ ਵੱਲੋਂ, ਇਹ ਫਰੀ ਆਫ ਕੋਸਟ ਹੈ। ਪਹੁੰਚ ਚੁੱਕੇ ਹਾਂ ਸਰ ਅਯੋਧਿਆ ਵਿਖੇ, ਚੁੱਕੇ ਹਾਂ ਨਏ ਅਯੋਧਿਆ ਟੈਂਟ ਸਿਟੀ ਮੇਂ। ਆਪ ਸਭੀ ਰਾਮ ਭਗਤੋਂ ਕਾ ਹਾਰਦਿਕ ਸਵਾਗਤ ਹੈ। ਸੋ ਐਂਟਰ ਕਰਨ ਲੱਗੇ ਹਾਂ। ਸੋ ਦੋਸਤੋ ਅਯੋਧਿਆ ਵਿਖੇ ਲੰਗਰ ਚੱਲਦਾ ਹੋਇਆ ਤੁਸੀਂ ਵੇਖ ਸਕਦੇ ਹੋ ਕਿੰਨਾ ਭਾਵੇ ਲੰਗਰ ਹੈਗਾ, ਠੀਕ ਹੈ ਜੀ। ਸੋ ਸੇਵਾਦਾਰ ਲੱਗੇ ਹੋਏ ਨੇ। ਸੋ ਆ ਗਈ ਜੀ ਡਾਲ, ਆ ਗਿਆ ਜੀ ਪ੍ਰਸ਼ਾਦਾ, ਦੋ ਦੋ ਦਿਨ ਹੈ ਜੀ ਸੀਤਾ ਰਾਮ। ਸੋ ਅਯੋਧਿਆ ਦਾ ਲੰਗਰ। ਸੋ ਦੋਸਤੋ ਹਾਲਤ ਹੋ ਗਈ ਹੈ ਬੁਰੀ, ਵਾਲਾਂ ਦਾ ਹਾਲ ਵੇਖੋ, ਅਤੇ ਜਸਟ ਟੈਂਟ ਸਿਟੀ ਦੇ ਵਿੱਚ ਸਮਾਨ ਰੱਖ ਕੇ ਅਤੇ ਚੱਲੇ ਹਾਂ ਜੀ ਸਰਜੂ ਨਦੀ ਦੇ ਵਿੱਚ ਇਸ਼ਨਾਨ ਕਰਨ ਅਤੇ ਦਰਸ਼ਨ ਮੇਲੇ ਕਰਨ। ਉਸ ਤੋਂ ਬਾਅਦ ਜਾਵਾਂਗੇ ਰਾਮ ਮੰਦਰ ਦੇ ਵਿੱਚ, ਉੱਥੇ ਦਰਸ਼ਨ ਮੇਲੇ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਫਿਰ ਵਾਪਸ ਇੱਥੇ ਆਵਾਂਗੇ। ਹਾਂ ਹਨੂੰਮਾਨਗੜ੍ਹੀ ਮੰਦਰ ਦੇ ਵਿੱਚ ਵੀ ਮੱਥਾ ਟੇਕ ਕੇ ਆਵਾਂਗੇ। ਸੋ ਤੋਂ ਜਾ ਰਿਹਾ ਸਰਜੂ ਨਦੀ ਦੇ ਉੱਤੇ ਅਤੇ ਲਤਾ ਮੰਗੇਸ਼ਕਰ ਚੌਂਕ ਦੇ ਵਿੱਚ ਸਾਨੂੰ ਆਟੋ ਵਾਲੇ ਨੇ ਡਰੋਪ ਕੀਤਾ ਅਤੇ ਅਸੀਂ ਜਾ ਰਹੇ ਹਾਂ ਜੀ ਸਰਜੂ ਨਦੀ ਵੱਲ ਪਾਸੇ। ਸੋ ਦੋਸਤੋ ਪਹੁੰਚ ਚੁੱਕੇ ਹਾਂ ਸਰਜੂ ਘਾਟ ਦੇ ਉੱਤੇ ਅਤੇ ਸਰਜੂ ਘਾਟ ਦੇ ਉੱਤੇ ਤੁਹਾਨੂੰ ਦਿਖਾਉਣ ਲੱਗਾ ਅਤੇ ਲੋਕ ਜਿਹੜੇ ਆ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਆ ਸਰਜੂ ਨਦੀ 'ਤੇ ਆ ਕੇ ਪ੍ਰਭੂ ਸ਼੍ਰੀ ਰਾਮ। ਸੋ ਬਹੁਤ ਹੀ ਵਧੀਆ ਨਜ਼ਾਰਾ, ਬਹੁਤ ਹੀ ਅਲੌਕਿਕ ਨਜ਼ਾਰਾ। 22 ਜਨਵਰੀ ਨੂੰ ਜਿਸ ਰੰਗ ਢੰਗ ਦੇ ਨਾਲ ਅਸੀਂ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਮਨਾਇਆ ਸੀ ਉਸੇ ਨਾਲ ਉਸਦੇ ਨਾਲ ਵੀ ਜ਼ਿਆਦਾ ਬੜੇ ਉਤਸ਼ਾਹ ਦੇ ਨਾਲ ਇਹ ਚੀਜ਼ਾਂ ਵੇਖਣ ਨੂੰ ਮਿਲੇ ਅਤੇ ਬਹੁਤ ਰਸ਼। ਉਸ ਤੋਂ ਪਹੁੰਚ ਚੁੱਕੇ ਹਾਂ ਸਰਜੂ ਨਦੀ ਦੇ ਘਾਟ ਦੇ ਉੱਤੇ, ਲੋਕ ਇਸ਼ਨਾਨ ਕਰ ਰਹੇ ਨੇ ਅਤੇ ਰਸ਼ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ। ਸੋ ਆ ਗਿਆ ਜੀ ਲਤਾ ਮੰਗੇਸ਼ਕਰ ਚੌਂਕ ਜਿਸ ਦੀਆਂ ਅਕਸਰ ਤੁਸੀਂ ਫੋਟੋਆਂ ਦੇਖਦੇ ਹੋ, ਅੱਗੇ ਚਾਰ ਬਹੁਤ ਫੇਮਸ ਹੈਗੀ ਆ ਇਸ ਚੌਂਕ ਦੇ ਵਿੱਚ ਲੱਗੀ ਹੋਈ ਜਿਹੜੀ, ਅਤੇ ਲੋਕ ਦਰਸ਼ਨਾਂ ਲਈ ਜਾ ਰਹੇ ਹੈਗੇ, ਠੀਕ ਹੈ ਜੀ। ਸੋ ਅਗੇਨ ਮੈਂ ਦਰਸ਼ਨ ਕਰਾਉਣਾ ਜੀ ਸਰਜੂ ਨਦੀ ਘਾਟ ਦੇ ਇੱਥੇ ਹੀ, ਮਤਲਬ ਵੀ ਫੋਨ ਆ ਗਿਆ ਮਹਾਰਾਜ, ਠੀਕ ਹੈ ਜੀ ਠੀਕ ਜੀ ਠੀਕ। ਹਾਂਜੀ ਮਾਟੋ ਪਰੇ ਨਾਲ ਸਾਡੇ ਨਾਲ ਜੀ ਬਸ ਕੋਈ ਨਾ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।
ਸਾਡੇ ਸੁਰਿੰਦਰ ਭਾਅ ਜੀ ਵੀ ਜਲ ਭਰਦੇ ਹੋਏ। ਸੋ ਦੋਸਤੋ, ਸਰਜੂ ਨਦੀ ਤੋਂ ਬਾਅਦ ਹੁਣ ਚੱਲੇ ਹਾਂ ਹਨੂੰਮਾਨਗੜ੍ਹੀ ਅਤੇ ਸ਼੍ਰੀ ਰਾਮ ਮੰਦਰ ਵੇਖਣ। ਦੋਸਤੋ, ਪਹੁੰਚ ਚੁੱਕੇ ਹਾਂ ਹਨੂੰਮਾਨਗੜ੍ਹੀ, ਜਿਹੜਾ ਟੈਂਪਲ ਹੈਗਾ ਹਨੂੰਮਾਨ ਜੀ ਦਾ। ਹਨੂੰਮਾਨਗੜ੍ਹੀ ਦੀਆਂ ਰੌਣਕਾਂ ਸਾਹਮਣੇ ਮੰਦਰ ਆ ਅਤੇ ਬਾਜ਼ਾਰ ਸੱਜੇ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਦੋਸਤੋ, ਹਨੂੰਮਾਨਗੜ੍ਹੀ ਦੇ ਵਿੱਚ ਆਹ ਜਿਹੜੀ ਤੁਸੀਂ ਲਾਈਨ ਦੇਖ ਰਹੇ ਹੋ, ਇਹ ਦਰਸ਼ਨਾਂ ਨੂੰ ਆਏ ਹੋਏ ਜਿਹੜੇ ਭਗਤਾਂ ਦੀ ਲਾਈਨ ਆ, ਜਿਹੜੀ ਪਿੱਛੇ ਤੱਕ ਤੁਹਾਨੂੰ ਨਜ਼ਰ ਆ ਰਹੀ ਹੈ, ਤੁਸੀਂ ਦੇਖ ਸਕਦੇ ਹੋ। ਦੂਸਰੇ ਨੰਬਰ 'ਤੇ ਪੰਜਾਬੀ 'ਚ ਲਿਖਿਆ ਹੋਇਆ ਜੀ। ਅਸੀਂ ਹਨੂੰਮਾਨਗੜ੍ਹੀ ਮੰਦਰ ਦੇ ਵਿੱਚੋਂ ਦਰਸ਼ਨ ਕਰਕੇ ਬਾਹਰ ਆ ਰਹੇ ਹਾਂ। ਕਹਾਂ ਜਾ ਰਹੇ ਹੋ ਦਰਸ਼ਨ? ਬਹੁਤ ਹੀ ਆਨੰਦਮਈ ਐਕਸਪੀਰੀਅੰਸ ਰਿਹਾ ਸਾਡੇ ਨਾਲ। ਦਰਸ਼ਨ ਕਰਕੇ ਹੁਣ ਅਸੀਂ ਨਿਕਲ ਆਏ ਹਾਂ ਬਾਹਰ ਹਨੂੰਮਾਨਗੜ੍ਹੀ 'ਚ। ਹੁਣ ਕਿੱਥੇ ਜਾਣਾ ਭਾਅ ਜੀ?
ਹੁਣ ਰਾਮ ਮੰਦਰ ਜਾਣਾ ਜੀ, ਰਾਮ ਮੰਦਰ ਨੂੰ ਅਸੀਂ ਜਾ ਰਹੇ ਹਾਂ ਜੀ, ਉੱਧਰ ਚੱਲੇ ਹਾਂ ਅਤੇ ਉੱਧਰ ਮੰਦਰ ਦੇ ਅੰਦਰ ਫੋਨ 'ਤੇ ਹੈ ਨਹੀਂ, ਲੇਕਿਨ ਬਾਹਰ ਦਾ ਤੁਹਾਨੂੰ ਸਾਰਾ ਦ੍ਰਿਸ਼ ਵਿਖਾਵਾਂਗੇ। ਉਸ ਤੋਂ ਬਾਅਦ ਫਿਰ ਟੈਂਟ ਸਿਟੀ, ਟੈਂਟ ਸਿਟੀ ਚੁੱਕੇ ਹਾਂ। ਸ਼੍ਰੀ ਰਾਮ ਮੰਦਰ ਦੇ ਪ੍ਰਿਆਂਗਣ ਦੇ ਵਿੱਚ ਰਸ਼ ਬਹੁਤ ਜ਼ਿਆਦਾ ਅਤੇ ਕੰਸਟਰਕਸ਼ਨ ਅਜੇ ਵੀ ਜਾਰੀ ਹੈ ਗੇਟਾਂ ਦੀ, ਅਲੱਗ ਅਲੱਗ ਜਿਹੜੇ ਠੀਕ ਹੈ ਜੀ। ਥਕਾਵਟ ਵੀ ਹੋ ਗਈ ਕਿਉਂਕਿ ਸਵੇਰ ਦਾ ਰੇਲ ਟ੍ਰੇਨ ਦੇ ਵਿੱਚ ਸਫ਼ਰ ਕੀਤਾ ਅਤੇ ਉਸ ਤੋਂ ਬਾਅਦ ਡਾਇਰੈਕਟ ਦਰਸ਼ਕਾਂ ਨੂੰ ਆ ਰਹੇ ਅਤੇ ਫਿਰ ਵਾਪਸੀ ਦੇ ਟ੍ਰੇਨ ਆ। ਅਤੇ ਕਿਵੇਂ ਦਾ ਲੱਗ ਰਿਹਾ ਜੀ? ਬਹੁਤ ਵਧੀਆ ਜੀ, ਸਾਡੀ ਤਾਂ ਅੱਜ ਉਮਰ 35 ਸਾਲ ਆ, ਪਰ ਸਾਡੇ ਚਾਚਾ ਜੀ ਦੀ ਉਮਰ ਜਿਹੜੀ ਕਿੰਨੀ ਹੈ? 80 ਸਾਲ ਤੇ ਜੋਸ਼ ਹੈ ਜੀ ਪੂਰਾ ਜੀ, ਇਸ ਕਰਕੇ ਇਹਨਾਂ ਦੇ ਹੰਗਾਰੇ ਦੇ ਨਾਲ ਇਹਨਾਂ ਦੇ ਸਾਡੇ ਜਿਹੜਾ ਕੌਨਫੀਡੈਂਸ ਭਰ ਰਹੇ ਨਾ, ਤੁਰੇ ਚੱਲੇ ਤੁਰੇ ਚੱਲੇ ਤੁਰੇ ਚੱਲੇ, ਹੁਣ ਅਸੀਂ ਰਾਮ ਮੰਦਰ ਦੇ ਪੂਰੇ ਪੂਰੇ ਅੱਗੇ ਆ ਗਏ ਹਾਂ। ਅਤੇ ਮੋਬਾਈਲ ਬਾਰ ਬਾਰ ਕਹਿ ਰਿਹਾ ਕਿ ਸਾਡਾ ਇੱਕ ਪੁਆਇੰਟ 'ਚ ਆ ਕੇ ਜਮ੍ਹਾਂ ਹੋ ਜਾਣਾ, ਅਤੇ ਫਿਰ ਅਸੀਂ ਮੋਬਾਈਲ ਜਮ੍ਹਾਂ ਕਰਾ ਕੇ ਦਰਸ਼ਨ ਕਰਾਂਗੇ, ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਾਂਗੇ ਠੀਕ ਹੈ। ਦੇਖ ਸਕਦੇ ਹੋ ਕਿਵੇਂ ਉਹ ਪਿੱਛੇ ਤੱਕ ਜਿਹੜਾ ਵਾ ਦਰਸ਼ਨਾਂ ਲਈ ਲੋਕ ਆ ਰਹੇ ਨੇ, ਅਤੇ ਸ਼ਾਮ ਦੇ ਤਕਰੀਬਨ 5 ਵੱਜ ਰਹੇ ਨੇ। ਅਸੀਂ ਵੀ ਜਲਦੀ ਜਲਦੀ ਦਰਸ਼ਨ ਕਰਕੇ ਟੈਂਟ ਦੇ ਵਿੱਚ ਪਹੁੰਚ ਕੇ 2 ਘੰਟੇ ਰੈਸਟ ਕਰਕੇ ਫਿਰ ਅੱਗੇ ਤੁਰਾਂਗੇ। ਮੰਦਰ ਦੇ ਵਿੱਚ ਐਂਟਰੀ ਕਰਨ ਲੱਗੇ ਆ। ਮੰਦਰ ਦਾ ਬਾਹਰਲਾ ਹਿੱਸਾ ਸਿਕਿਉਰਿਟੀ ਚੈੱਕ ਤੋਂ ਬਾਅਦ ਤੁਹਾਨੂੰ ਆਉਣਾ ਪਵੇਗਾ ਇਸ ਜਗ੍ਹਾ ਦੇ ਉੱਤੇ। ਧਿਆਨ ਨਾਲ ਸੁਣ ਲਓ, ਅਗਰ ਤੁਹਾਡਾ ਮੋਬਾਈਲ ਜਾਂ ਕੋਈ ਹੋਰ ਇਲੈਕਟ੍ਰੋਨਿਕ ਡਿਵਾਈਸ ਤੁਸੀਂ ਨਾਲ ਲੈ ਕੇ ਆਇਓ ਤਾਂ ਤੁਹਾਨੂੰ ਲੋਕਰ ਸਰਵਿਸ ਦੀ ਯੂਜ਼ ਕਰਦੇ ਹੋਏ ਉਸ ਨੂੰ ਜਮ੍ਹਾਂ ਕਰਾਉਣਾ ਪਵੇਗਾ। ਸੋ ਦੋਸਤੋ, ਫਾਈਨਲੀ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨ ਕਰ ਲਏ। ਕਿਵੇਂ ਰਹੀ ਯਾਤਰਾ? ਫਿਰ ਬਹੁਤ ਵਧੀਆ ਜੀ, ਸਵੇਰ ਦੇ 4:15 ਵੱਜ ਗਏ ਆ, ਹੁਣ ਅਸੀਂ ਵਾਪਸ ਦੁਬਾਰਾ ਅਯੋਧਿਆ ਕੈਂਡ ਸਟੇਸ਼ਨ 'ਤੇ ਜਾ ਰਹੇ ਹਾਂ ਤਾਂ ਕਿ ਟ੍ਰੇਨ ਫੜੀ ਅਤੇ ਵਾਪਸ ਆਪਣੇ ਘਰਾਂ ਨੂੰ ਚੱਲੀਏ। ਸਹੀ ਆ, ਬਹੁਤ ਬਹੁਤ ਧੰਨਵਾਦ ਜੀ ਮੋਦੀ ਸਾਹਿਬ ਦੇ ਜਿਨ੍ਹਾਂ ਨੇ ਇਹਦੇ ਛੋਟੇ ਜੀ ਅਤੇ ਰਕਮ ਦੇ ਵਿੱਚ ਇੱਡਾ ਵੱਡਾ ਉਪਰਾਲਾ ਸੰਗਤ ਲਈ ਕੀਤਾ ਅਤੇ ਸੰਗਤ ਨੂੰ ਦਰਸ਼ਨ, ਜਦਕਿ ਇੱਥੇ ਅਲੱਗ ਅਲੱਗ ਸਟੇਟਾਂ ਤੋਂ, ਕੋਈ ਕੇਰਲਾ, ਕੋਈ ਤਾਮਿਲਨਾਡੂ, ਪੰਜਾਬ, ਛੱਤੀਸਗੜ੍ਹ, ਝਾਰਖੰਡ, ਸਭ ਤੋਂ ਹਰ ਜਗ੍ਹਾ ਤੋਂ ਸੰਗਤ ਆ ਰਹੀ ਆ ਰਾਮ ਲਾਲਾ ਜੀ ਦੇ ਦਰਸ਼ਨ ਕਰਨ। ਤੁਸੀਂ ਵੇਖ ਸਕਦੇ ਹੋ ਕਿ ਹੁਣ ਵਾਪਸੀ 'ਤੇ ਇਹ ਜਨਤਾ ਜਿਹੜੀ ਹੈ ਸਾਰੀ ਸੰਗਤ ਇੱਕੋ ਜਗ੍ਹਾ ਇਕੱਠੇ ਹੋ ਕੇ ਚਾਹ ਪਾਣੀ ਪੀ ਰਹੀ ਹੈ। ਇਸ ਤੋਂ ਬਾਅਦ ਟ੍ਰੇਨ ਦੇ ਵਿੱਚ ਜਾ ਕੇ ਆਪਾਂ ਆਪਣੀ ਸੀਟ 'ਤੇ ਬੈਠਣਗੇ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਆ ਟ੍ਰੇਨ ਜਿਹੜੀ ਆ ਉਹ ਪਲੇਟਫਾਰਮ 'ਤੇ ਆ ਜਾਏਗੀ। ਤੁਸੀਂ ਵੇਖੋ ਰਸ਼,
ਇਹ ਸਿਰਫ ਇੱਕ ਟ੍ਰੇਨ ਦੇ ਹੀ ਮੁਸਾਫਿਰ ਨੇ ਜਿਹੜੇ ਅੰਮ੍ਰਿਤਸਰ ਤੋਂ ਅਯੋਧਿਆ ਆਏ ਹੋਏ ਨੇ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨਾ ਉਤਸ਼ਾਹ ਹੈ ਸਾਡੇ ਇਲਾਕੇ ਦੇ ਵਿੱਚ ਵੀ, ਅੰਮ੍ਰਿਤਸਰ ਏਰੀਏ ਦੇ ਵਿੱਚ ਵੀ ਕਿੰਨਾ ਉਤਸ਼ਾਹ ਹੈ। ਉਤਸ਼ਾਹ ਤਾਂ ਵੈਸੇ ਹਰੇਕ ਜਗ੍ਹਾ ਦਾ, ਲੇਕਿਨ ਖਾਸ ਤੌਰ 'ਤੇ ਇਹ ਜ਼ਿਆਦਾ। ਸੋ ਦੋਸਤੋ ਅਯੋਧਿਆ ਕੈਂਟ ਅਯੋਧਿਆ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚੇ ਹਾਂ। ਬਹੁਤ ਹੀ ਵਧੀਆ ਨਜ਼ਾਰਾ ਹੈਗਾ ਅਤੇ ਵਾਪਸੀ ਨੂੰ ਅਸੀਂ ਟ੍ਰੇਨ ਪਿੱਕ ਕਰਨ ਵਾਸਤੇ, ਟ੍ਰੇਨ ਫੜਨ ਵਾਸਤੇ ਜਾ ਰਿਹਾ। ਅਤੇ ਤੁਸੀਂ ਦੇਖੋ ਕਿਵੇਂ ਸੰਗਤ ਜਿਹੜੀ ਆ ਠਾਠਾ ਮਾਰਦੇ ਇਕੱਠ ਦੇ ਨਾਲ ਤੁਰੀ ਜਾ ਰਹੀ ਹੈ ਵੈਸੇ। ਸੋ ਫਾਈਨਲੀ ਸਮਾਂ ਹੋ ਚੁੱਕਾ ਜੀ ਤਕਰੀਬਨ 6:00 ਦਾ, ਅਤੇ ਅਸੀਂ ਆਪਣੀ ਟ੍ਰੇਨ ਦੇ ਵਿੱਚ ਆ ਚੁੱਕੇ ਹਾਂ ਅਤੇ ਬਸ ਕੁਝ ਮਿੰਟਾਂ ਦੇ ਵਿੱਚ ਵਾਪਸੀ ਵਾਸਤੇ ਪ੍ਰਸਥਾਨ ਕਰਾਂਗੇ। ਬਹੁਤ ਵਧੀਆ ਗੱਲ ਹੈ ਕਿ ਗਵਰਨਮੈਂਟ ਵੱਲੋਂ ਇਹ ਉਪਰਾਲਾ ਕੀਤਾ ਗਿਆ, ਬਹੁਤ ਵਧੀਆ ਟ੍ਰੀਟਮੈਂਟ ਸੀ ਸਾਡੇ ਵਾਸਤੇ, ਸਾਰੇ ਹੀ ਆਸਥਾ ਟ੍ਰੇਨ ਦੇ ਯਾਤਰੀਆਂ ਵਾਸਤੇ, ਕਿ ਉਹਨਾਂ ਨੇ ਬਹੁਤ ਵਧੀਆ ਟ੍ਰੀਟਮੈਂਟ ਦਿੱਤਾ। ਥੈਂਕ ਯੂ ਫੋਰ ਆਲ ਆਫ ਥਿੰਗਸ ਜਿਹੜੇ ਤੁਸੀਂ ਸਾਨੂੰ ਪ੍ਰੋਵਾਈਡ ਕੀਤੇ। ਸੋ ਸਾਰਿਆਂ ਨੂੰ ਸਲਾਹ ਹੈ ਕਿ ਇੱਕ ਵਾਰ ਜ਼ਰੂਰ ਆਓ। ਅਯੋਧਿਆ ਬਹੁਤ ਸੋਹਣੀ ਜਗ੍ਹਾ ਹੈ, ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਬਹੁਤ ਕੁਛ ਹੈ। ਸੋ ਇੱਕ ਵਾਰੀ ਆਪ ਵੀ ਆਓ, ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਓ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਸੋ ਦੋਸਤੋ ਚੱਲਣ ਲੱਗੇ ਹਾਂ ਜੀ ਰਈਏ ਨੂੰ। ਪਿਛਲੇ 2 ਦਿਨਾਂ ਤੋਂ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਸੀ ਵਲੋਗਿੰਗ ਕਰਕੇ, ਸੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਰਿਆਂ ਦੇ ਨਾਲ ਅਸੀਂ ਲੀਵ ਕਰ ਰਹੇ ਹਾਂ ਅਯੋਧਿਆ। ਸੋ ਬਾਏ ਬਾਏ ਅਯੋਧਿਆ, ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ। ਚਲ